ਸਿੱਖਾਂ ਕੇ ਅਫਸਰਾਂ ਨਾਲ ਗੱਲ ਕਿਵੇਂ ਕਰਨੀ ਓਏ ਓ ਤੈਨੂੰ ਇਸ ਗੱਲ ਦਾ ਪਤਾ ਹਾਂਜੀ ਮੇਰੀ ਗੱਲ ਸੁਣ ਲਾ ਮੈਂ ਬੜਾ ਸਖਤ ਅਫਸਰ ਆ ਹਾਂਜੀ ਕੱਲ ਸਾਲੇ ਨੇ ਆਪਣੇ ਅੱਗੇ ਦੀ ਅੱਧੀ ਜ਼ੁਬਾਨ ਲਾ ਦੀ ਮੈਂ ਕਿਹਾ ਕੀ ਕਹਿੰਦਾ ਹੁਣ ਆਪਾਂ ਜੀ ਅੱਧੀ ਜ਼ੁਬਾਨ ਲਾ ਕੇ ਮੈਂ ਹੱਸ ਕੇ ਜਾਵਾਂਗਾ ਓਇਆ ਉਰਿਆ ਕਾਕਾ ਤੂੰ ਬੋਲਾ ਕਿਹੜੇ ਬੇਸ ਤੇ ਭਰਤੀ ਹੋਇਆ ਕਿਹੜੇ ਬੇਸ ਤੇ ਜੁਗਤਾਂ ਬੇਸ ਤੇ ਮੇਰੀ ਗੱਲ ਸੁਣ ਲਾ ਚਵਲਾ ਇੱਥੇ ਬੰਦਾ ਲੱਭ ਕਿਹੜਾ ਕਹਿੰਦਾ ਮੈਂ ਕਾਰੋਬਾਰ ਨਿਕਲਣਾ ਬੰਦਾ ਕੱਢ ਬਾਹਰ ਇੱਥੇ ਆ ਕੱਢ ਬੜਾ ਫਟਾਫਟ ਬੰਦਾ ਕੱਢ ਬੰਦਾ ਬੰਦਾ ਕੱਢ ਕਿਹੜਾ ਇੱਥੇ ਕਹਿੰਦਾ ਮੈਂ ਇੱਥੋਂ ਨਿਕਲਣਾ ਨਹੀਂ ਮੈਂ ਉਹ ਪਿੱਛੇ ਹੈ ਗਿਆ ਸੁਣੀ ਨਾ ਜਾਈਏ ਉਹ ਪੁਲਿਸ ਉਹ ਤੇਰੀ ਉਹ ਸਾਰਿਆਂ ਤੂੰ ਪੁਲਿਸ ਤੋਂ ਡਰਾਉਣ ਨਹੀਂ ਆ ਅਸੀਂ ਸਾਰਿਆਂ ਵਾਚੇ ਵਾਲੇ ਆ ਹਾਂਜੀ ਹਾਂਜੀ ਬਕਵਾਸ ਬਹੁਤ ਬਸ਼ੀਰ ਬਸ਼ੀਰ ਬੇਟੇ ਮੈਨੂੰ ਪਤਾ ਤੈਨੂੰ ਸਹੀ ਨਜ਼ਰ ਨਹੀਂ ਆਉਂਦਾ ਉਸ ਤਰੀਕੇ ਨਾਲ ਮਾਰ ਤੇਰੀ ਅਸੀਂ ਦਿੱਤਾ ਸੀ ਮਾਰ ਇਧਰ ਭਾਵੇਂ ਸਾਰੀ ਰਾਤ ਲੱਗਾ ਰਿਹਾ ਬੇਟਾ ਓਏ ਇਹਨੂੰ ਮਾਰਨਾ ਇਹਨੂੰ ਮੈਂ ਕਿਹਾ ਕਿ ਮੈਂ ਨਹੀਂ ਨਜ਼ਰ ਆਉਂਦਾ ਕਦੋਂ ਜਿਹਦੇ ਨੇ 400 ਨਹੀਂ ਮਿਲੇ ਚਾਰ ਚਾਰ ਮਾਰ 400 ਓਏ ਤੈਨੂੰ ਬਾਅਦ ਦੀ ਗੱਲ ਹੈ ਕੇਸ ਸੀ ਸਾਡਾ ਕਿਤਾਬ ਦਾ ਪਾ ਇਹਨੇ ਇਦਾਂ ਨਹੀਂ ਹਟਣਾ ਇਧਰ ਫੜਾ ਓਏ ਦੇ ਫੜਾ ਤੇਰੀ ਮੈਂ ਭੈਣ ਨੂੰ ਇਹਨੂੰ ਉੱਤੇ ਆ ਕਿਸੇ ਥਾਂ ਨਹੀਂ ਲੈ ਸਿੱਧਾ ਹੋ 1 ਮਿੰਟ ਸਿੱਧਾ ਹੋ ਮਾਰ ਚਿਪਟੀ ਮਾਰ 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 ਤੇਰੀ ਭੈਣ ਨੂੰ ਮੇਰੀ ਇੱਥੇ ਕੁੰਡਿਆਂ ਦਾ ਬਰਾਬਰ ਇਹਨਾਂ ਨੇ ਇੱਜ਼ਤ ਕੀਤੀ ਪਈ ਹੈ ਕਿਉਂ ਮੇਰਾ ਪੱਤਿਆਂ ਨੇ ਮੈਨੂੰ ਉਹ ਗੰਦਿਆ ਕੀਤਾ ਕੱਲ੍ਹ
ਤਮਾਸ਼ ਮੇਰੇ ਮਗਰ ਪਵਾ ਤੇ ਜਾਓ ਇਹ ਅੱਛਾ ਚਾਹੁੰਦੇ ਹੋਰ ਭੈਣ ਦਾ ਰੁਪਾ ਦੇ ਕੇ ਤਪਸੀ ਪੀਣ ਵਾਲੇ ਆ ਓਏ ਮੇਰਾ ਯਾਰ ਬਾਹਰ ਕਰਾਉਣ ਲੱਗਾ ਸੀ ਤੇਰੀ ਭੈਣ ਮੈਂ ਤੂੰ ਚਾਹੁੰਦਾ ਕੀ ਆ ਤੇਰੇ ਤੋਂ ਛੋਟੀ ਹੋ ਗਿਆ